ਅਸਵਲ ਦੀ ਵੱਡੀ ਤੇ ਅਹਿਮ ਖਬਰ ਉੱਤਰੀ ਭਾਰਤ ਦੇ ਵਿੱਚ ਭੁਚਾਰ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਹੁੰਦਾ ਸੀ ਕਿ ਤਕਰੀਬਨ 5.7 ਦੀ ਵਰਤਾਦੇ ਸਕੇਲ ਰੈਕਟੇਅਰ ਦੇ ਨਾਲ ਨਾਪਿਆ ਗਿਆ ਭੁਚਾਲ ਜਿਸ ਨੇ ਉੱਤਰੀ ਭਾਰਤ ਦੇ ਵਿੱਚ ਲੋਕਾਂ ਨੂੰ ਝਟਕੇ ਮਹਿਸੂਸ ਕਰਵਾਏ ਨੇ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਧਰਤੀ ਹਿੱਲੀ ਆ ਤੁਹਾਨੂੰ ਦੱਸ ਦਈਏ ਕਿ ਦਿੱਲੀ ਐਨਸੀਆਰ ਦੇ ਸ ਨੇ ਹਰਿਆਣਾ ਪੰਜਾਬ ਚੰਡੀਗੜ੍ਹ ਹਿਮਾਚਲ ਅਤੇ ਜੰਮੂ ਕਸ਼ਮੀਰ ਤੱਕ ਜਿਹੜੀ ਇਹ ਧਰਤੀ ਹਿੱਲੀ ਆ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੁਪਹਿਰ ਤਕਰੀਬਨ 1:42 ਦੇ ਸਮੇਂ ਦੇ ਬਰਾਬਰ ਜਿਹੜੇ ਝਟਕੇ ਨੇ ਜਿਹੜੇ ਮਹਿਸੂਸ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਲੋਕਾਂ 'ਚ ਹਫੜਾ ਦਫੜੀ ਦੇਖਣ ਨੂੰ ਮਿਲੀ ਹੈ ਕਿਉਂਕਿ ਝਟਕੇ ਜਿਹੜੇ ਨੇ ਲੰਮਾ ਸਮਾਂ ਜਿਹੜੇ ਤਕਰੀਬਨ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਨੇ 10 ਤੋਂ 15 ਸੈਕਿੰਡ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਤੋਂ ਲੈ ਕੇ ਜਿਹੜਾ ਆ ਪੁਚਾਰ ਦੇ ਝਟਕੇ ਹਰਿਆਣਾ ਪੰਜਾਬ ਉਸ ਦੇ ਨਾਲ ਹੀ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਜਿਹੜਾ ਆ ਜੰਮੂ ਕਸ਼ਮੀਰ ਤੱਕ ਜਿਹੜੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਡੋਡਾ ਚੰਮੂ ਕਸ਼ਮੀਰ ਦਾ ਜਿਹੜਾ ਡੋਡਾ ਏਰੀਆ ਹੈ ਉਸ ਨੂੰ ਪੁਚਾਲ ਦਾ ਕੇਂਦਰ ਮੰਨਿਆ ਜਾ ਰਿਹਾ ਹੈ ਕਿ ਉਸੇ ਕੇਂਦਰ ਦੇ ਤਹਿਤ ਜਿਹੜਾ ਪੁਚਾਲ ਮੰਨਿਆ ਗਿਆ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਵੀ ਦੇ ਦਈਏ ਕਿ ਭਾਰਤ ਦੇ ਨਾਲ ਨਾਲ ਤਿੱਬਤ ਦੇ ਵਿੱਚ ਜਿਹੜੀ ਹੈ ਤਿੱਬਤ ਦੇ ਸ਼ਿੰਜੋਂਗ ਦੇ ਵਿੱਚ ਵੀ ਪੁਚਾਲ ਜਿਹੜਾ ਆ ਉਹ ਮਹਿਸੂਸ ਕੀਤਾ ਗਿਆ ਸੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਹਾਲਾਂਕਿ ਉਸ ਦੀ ਤਿੱവ്രਤਾ ਜਿਹੜੀ 4.3 ਮਾਪੀ ਗਈ ਸੀ ਤੇ ਨੈਸ਼ਨਲ ਸੈਂਟਰ ਫਾਰ ਸਿਮੀਓਮੋਲੋਜੀ ਜਿਹੜੀ ਐਨਸੀਐਸਾ ਉਹਦੇ ਮੁਤਾਬਕ ਸਵੇਰੇ 300 3:23 ਮਿੰਟ ਤੇ ਜਿਹੜੇ ਇਹ ਭਚਾਲ ਦੇ ਝਟਕੇ ਨੇ ਜਿਹੜੇ ਤਿੱਬਤ ਦੇ ਸ਼ੰਜੋਂਗ ਦੇ ਵਿੱਚ ਮਹਿਸੂਸ ਕੀਤੇ ਗਏ ਸੀ ਤੇ ਜਿਸ ਦਾ ਕੇਂਦਰ ਜ਼ਮੀਨ ਦੇ 106 ਕਿਲੋਮੀਟਰ ਥੱਲੇ ਮੰਨਿਆ ਜਾ ਰਿਹਾ ਸੀ ਤਾਂ ਤੜਕ ਸਵੇਰ ਆ ਜਿਹੜਾ ਸ਼ੰਜੋਂਗ ਤਿੱਬਤ ਦੇ ਵਿੱਚ ਭਚਾਲ ਆਉਂਦਾ ਹੈ ਤਾਂ ਉਸ ਤੋਂ ਬਾਅਦ ਅੱਜ ਜਿਹੜਾ ਹੁਣ ਮੰਗਲਵਾਰ ਦੀ ਦੁਪਹਿਰ 1:42 ਮਿੰਟ ਤੇ ਭਾਰਤ ਉੱਤਰੀ ਭਾਰਤ ਦੇ ਵਿੱਚ ਝਟਕੇ ਜਿਹੜੇ ਮਹਿਸੂਸ ਮਹਿਸੂਸ ਕੀਤੇ ਗਏ ਨੇ ਤਤਵੰਦਤਾ ਸਹੀ ਹੈ ਕਿ ਜਿਹੜਾ ਇਹ ਦੁਪਹਿਰ 1:42 ਮਿੰਟ ਤੇ ਜਿਹੜੇ ਝਟਕੇ ਮਹਿਸੂਸ ਕੀਤੇ ਰਗੇ ਨੇ ਤਕਰੀਬਨ ਜੇ ਦੇਖ ਲਈਏ ਕਿ ਲੰਚ ਟਾਈਮ ਜਿਹੜਾ ਮੰਨਿਆ ਜਾ ਸਕਦਾ ਹੈ ਆਪਾਂ ਦਫਤਰੀ ਸਮਿਆਂ ਦੇ ਅਨੁਸਾਰ ਮੰਨ ਲਈਏ ਤਾਂ ਲੰਚ ਟਾਈਮ ਦੇ ਸਮੇਂ ਦੇ ਵਿੱਚ ਜਿਹੜਾ ਇਹ ਭੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਦਿੱਲੀ ਐਨਸੀਆਰ ਦਿੱਲੀ ਐਨਸੀਆਰ ਦੇ ਨਾਲ-ਨਾਲ ਹਰਿਆਣਾ ਹਰਿਆਣਾ ਤੋਂ ਬਾਅਦ ਪੰਜਾਬ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਤੋਂ ਬਾਅਦ ਜਿਹੜਾ ਹੈ ਜੰਮੂ ਕਸ਼ਮੀਰ ਤੱਕ ਜਿਹੜੇ ਇਹ ਵਿਚਾਰ ਦੇ ਛਟਕੇ ਮਹਿਸੂਸ ਕੀਤੇ ਗਏ ਨੇ ਤੀਬਰਤਾ ਇਹ ਜਿਹੜੀ ਰੈਕਟੇਅਰ ਆ ਜਿਹੜਾ ਉਹ 5.7 ਨਾਪਿਆ ਗਿਆ ਹੈ 5.7 ਦੇ ਤਹਿਤ ਜਿਹੜੇ ਇਹ ਰੈਕਟੇਅਰ ਨਾਪੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੇਂਦਰ ਕੇਂਦਰ ਜਿਹੜਾ ਦੱਸਿਆ ਜਾ ਰਿਹਾ ਹੈ ਜੰਮੂ ਕਸ਼ਮੀਰ ਦਾ ਡੋਡਾ ਏਰੀਆ ਤੇ ਕੇਂਦਰ ਦੱਸਿਆ ਜਾ ਰਿਹਾ ਤਾਂ ਉੱਤਰੀ ਭਾਰਤ ਕੰਬਿਆ ਹੈ ਉਤਰੀ ਭਾਰਤ ਪਚਾਰ ਦੇ ਝਟਕਿਆਂ ਦੇ ਨਾਲ ਕੰਬੈਤ ਹੁੰਦਾ ਸੀ ਕਿ ਇੱਕ ਪਾਸੇ ਜਿਹੜਾ ਹੈ ਹਾਲਾਂਕਿ ਇਸ ਪੂਰੇ ਦੇ ਝਟਕਿਆਂ ਦੇ ਕਾਰਨ ਫਿਲਹਾਲ ਕੋਈ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਇੱਕ ਵਾਰ ਤੋਂ ਅੰਦਾਜ਼ਾ ਸੀ ਕਿ ਦੁਪਹਿਰ ਦੇ ਸਮੇਂ ਉਤਰੀ ਭਾਰਤ ਕੰਬੈ ਦੂਸਰੇ ਪਾਸੇ ਜਿਹੜਾ ਹੈ ਚੱਕਰਵਤੀ ਤੂਫਾਨ ਦੇ ਵੀ ਜਿਹੜੇ ਗੁਜਰਾਤ ਵਾਲੇ ਇਲਾਕੇ ਦੇ ਵਿੱਚ ਜਿਹੜੇ ਆਦੇਸ਼ ਦਿੱਤੇ ਹੋਏ ਨੇ ਉੱਥੋਂ ਜਿਹੜਾ ਇਲਾਕ ਜਿਹੜੇ ਤੱਟੀ ਇਲਾਕੇ ਨੇ ਜਿਹੜੇ ਉਹ ਖਾਲੀ ਕਰਵਾਏ ਜਾ ਰਹੇ ਨੇ ਉੱਥੇ ਚੇਤਾਵਨੀ ਜਾਰੀ ਹੋਈ ਹੈ ਤੇ ਦੂਸਰੇ ਪਾਸੇ ਦੁਪਹਿਰ ਦੇ ਸਮੇਂ ਉਤਰੀ ਭਾਰਤ ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦਾ ਕੇਂਦਰ ਬਿੰਦੂ ਜਿਸ ਦਾ ਕੇਂਦਰ ਬਿੰਦੂ ਆ ਜਿਹੜਾ ਜੰਮੂ ਕਸ਼ਮੀਰ ਦੇ ਡੋਡਾ ਇਲਾਕੇ ਨੂੰ ਦੱਸਿਆ ਜਾ ਰਿਹਾ ਤਾਂ ਉੱਤਰੀ ਭਾਰਤ ਜੋ ਕਿ ਦਿੱਲੀ ਐਨਸੀਆਰ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਵਾਰ ਦੀ ਵੱਡੀ ਤੇ ਅਹਿਮ ਖਬਰ ਹਮਦਾਰਤ ਟੀਵੀ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਉੱਤਰੀ ਭਾਰਤ ਦੇ ਪਚਾਲ ਦੇ ਝਟਕਿਆਂ ਨਾਲ ਕੰਬਿਆ ਹੈ